ਤੂੰ ਡਾਂਗਾਂ ਦੀ ਗੱਲ ਕਰਦਾ ਏ, ਕਦੇ ਡਰਾਉਣਾ ਏ ਕਦੇ ਡਰਦਾ ਏ। ਤੂੰ ਡਾਂਗਾਂ ਦੀ ਗੱਲ ਕਰਦਾ ਏ, ਕਦੇ ਡਰਾਉਣਾ ਏ ਕਦੇ ਡਰਦਾ ਏ। ਤੂੰ ਸੇਠਾਂ ਦੇ ਢੱਠੇ ਵਰਗਾ ਏ, ਕਦੇ ਬਰਕ ਮਾਰਦਾ ਏ ਕਦੇ ਮੋਕ ਮਾਰਦਾ ਏ। ਤੂੰ ਸੇਠਾਂ ਦੇ ਢੱਠੇ ਵਰਗਾ ਏ, ਦੱਸ ਕੀ ਮਿਲਦਾ ਏ ਸੋਨੂੰ, ਦੇ ਕੇ ਪੁੱਠੇ ਸਿੱਧੇ ਬਿਆਨਾਂ ਨੂੰ। ਸਰਕਾਰਾਂ ਤਾਂ ਉਹੀ ਹੁੰਦੀਆਂ ਨੇ ਜੋ ਦਿੰਦੀਆਂ ਸਾਥ ਕਿਸਾਨਾਂ ਨੂੰ, ਸਰਕਾਰਾਂ ਤਾਂ ਉਹੀ ਹੁੰਦੀਆਂ ਨੇ ਜੋ ਦਿੰਦੀਆਂ ਸਾਥ ਕਿਸਾਨਾਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੰਸਰਾਜ ਜੀ ਹੰਸ ਜੀ ਨੇ ਇੱਕ ਕਿਸਾਨਾਂ ਦੇ ਪ੍ਰਤੀ ਇੱਕ ਬਿਆਨ ਦਿੱਤਾ ਹੈ, ਔਰ ਮੈਂ ਕਿਸਾਨ ਦਾ ਪੁੱਤ ਹੋਣ ਦੀ ਬਦੌਲਤ ਉਹਨਾਂ ਨੂੰ ਇੱਕ ਇਸ ਗੱਲ ਦਾ ਜਵਾਬ ਦੇ ਰਿਹਾ। ਤੁਸੀਂ ਸਾਰੇ ਸ਼ੇਅਰ ਸਪੋਰਟ ਜ਼ਰੂਰ ਕਰਿਓ। ਤੂੰ ਡਾਂਗਾਂ ਦੀ ਗੱਲ ਕਰਦਾ ਏ, ਕਦੇ ਡਰਾਉਣਾ ਏ ਕਦੇ ਡਰਦਾ ਏ। ਤੂੰ ਡਾਂਗਾਂ ਦੀ ਗੱਲ ਕਰਦਾ ਏ, ਕਦੇ ਡਰਾਉਣਾ ਏ ਕਦੇ ਡਰਦਾ ਏ। ਤੂੰ ਸੇਠਾਂ ਦੇ ਢੱਠੇ ਵਰਗਾ ਏ, ਕਦੇ ਬਰਕ ਮਾਰਦਾ ਏ ਕਦੇ ਮੋਕ ਮਾਰਦਾ ਏ। ਤੂੰ ਸੇਠਾਂ ਦੇ ਢੱਠੇ ਵਰਗਾ ਏ, ਦੱਸ ਕੀ ਮਿਲਦਾ ਏ ਸੋਨੂੰ, ਦੇ ਕੇ ਪੁੱਠੇ ਸਿੱਧੇ ਬਿਆਨਾਂ ਨੂੰ। ਸਰਕਾਰਾਂ ਤਾਂ ਉਹੀ ਹੁੰਦੀਆਂ ਨੇ ਜੋ ਦਿੰਦੀਆਂ ਸਾਥ ਕਿਸਾਨਾਂ ਨੂੰ, ਸਰਕਾਰਾਂ ਤਾਂ ਉਹੀ ਹੁੰਦੀਆਂ ਨੇ ਜੋ ਦਿੰਦੀਆਂ ਸਾਥ ਕਿਸਾਨਾਂ ਨੂੰ। ਤੁਸੀਂ ਪੰਜਾਬ ਦਾ ਹੀ ਖਾਂਦੇ ਹੋ ਪਰ ਦਿੱਲੀ ਪਿੱਛੇ ਜਾਂਦੇ ਹੋ। ਤੁਸੀਂ ਪੰਜਾਬ ਦਾ ਹੀ ਖਾਂਦੇ ਹੋ ਪਰ ਦਿੱਲੀ ਪਿੱਛੇ ਜਾਂਦੇ ਹੋ। ਸਾਨੂੰ ਲੱਗਦਾ ਹੈ ਹੀਰੇ ਬਣ ਗਏ ਹਾਂ ਪਰ ਤੁਸੀਂ ਤਾਂ ਖੋਟੇ ਆਉਂਦੇ ਹੋ। ਸਾਨੂੰ ਲੱਗਦਾ ਹੈ ਹੀਰੇ ਬਣ ਗਏ ਹਾਂ ਪਰ ਤੁਸੀਂ ਤਾਂ ਖੋਟੇ ਆਉਂਦੇ ਹੋ। ਕੌਣ ਪੁੱਛਦਾ ਹੈ ਸਾਨੂੰ ਗਦਾਰਾਂ ਨੂੰ, ਇੱਥੇ ਚੜ੍ਹਦੇ ਫੁੱਲ ਜਵਾਨਾਂ ਨੂੰ। ਸਰਕਾਰਾਂ ਤਾਂ ਉਹੀ ਹੁੰਦੀਆਂ ਨੇ ਜੋ ਦਿੰਦੀਆਂ ਸਾਥ ਕਿਸਾਨਾਂ ਨੂੰ, ਸਰਕਾਰਾਂ ਤਾਂ ਉਹੀ ਹੁੰਦੀਆਂ ਨੇ ਜੋ ਦਿੰਦੀਆਂ ਸਾਥ ਕਿਸਾਨਾਂ ਨੂੰ। ਜੇ ਸਾਡੇ ਫਸਲਾਂ ਦੇ ਮੁੱਲ ਤਾਰਦੇ ਹੋ ਤੁਸੀਂ ਸੀਨਾ ਸਾਡਾ ਠਾਰਦੇ ਹੋ। ਜੇ ਸਾਡੇ ਫਸਲਾਂ ਦੇ ਮੁੱਲ ਤਾਰਦੇ ਹੋ ਇਹ ਸੀਨਾ ਸਾਡਾ ਠਾਰਦੇ ਹੋ। ਇਹ ਕਰਕੇ ਰੱਦ ਕਾਨੂੰਨਾਂ ਨੂੰ, ਇਹ ਵਰਕੇ ਸਾਰੇ ਪਾੜਦੇ ਹੋ। ਇਹ ਕਰਕੇ ਰੱਦ ਕਾਨੂੰਨਾਂ ਨੂੰ, ਇਹ ਵਰਕੇ ਸਾਰੇ ਪਾੜਦੇ ਹੋ। ਇਹ ਦੁਨੀਆ ਦਾ ਅੰਨਦਾਤਾ ਹੈ ਪਤਾ ਹੈ ਕੁੱਲ ਜਹਾਨਾਂ ਨੂੰ। ਸਰਕਾਰਾਂ ਤਾਂ ਉਹੀ ਹੁੰਦੀਆਂ ਨੇ ਜੋ ਦਿੰਦੀਆਂ ਸਾਥ ਕਿਸਾਨਾਂ ਨੂੰ, ਸਰਕਾਰਾਂ ਤਾਂ ਉਹੀ ਹੁੰਦੀਆਂ ਨੇ ਜੋ ਦਿੰਦੀਆਂ ਸਾਥ ਕਿਸਾਨਾਂ ਨੂੰ, ਜੋ ਦਿੰਦੀਆਂ ਸਾਥ ਕਿਸਾਨਾਂ ਨੂੰ, ਜੋ ਦਿੰਦੀਆਂ ਸਾਥ ਕਿਸਾਨਾਂ ਨੂੰ।